ਸਾਡੇ ਸਟੂਡੀਓ ਵਿੱਚ ਸਿੱਖ ਰਿਸਰਚ ਇੰਸਟੀਚਿਊਟ ਤੋਂ ਸਰਦਾਰ ਹਰਿੰਦਰ ਸਿੰਘ ਹੋਰੀ ਪਹੁੰਚੇ ਹੋਏ ਹਨ ਜਿਨ੍ਹਾਂ ਨਾਲ ਅੱਜ ਕੁਝ ਅਹਿਮ ਗੱਲਾਂ ਤੇ ਇੱਕ ਵਿਚਾਰ ਚਰਚਾ ਕੀਤੀ ਜਾਵੇਗੀ। ਸਵਾਗਤ ਹੈ ਜੀ ਤੁਹਾਡਾ। ਗੁਰਮਤਿ ਜੀ, ਜਨਾਬ ਅਲੀ, ਜਦੋਂ ਵੀ ਤੁਸੀਂ ਆਉਂਦੇ ਹੋ ਸਿੱਖ ਰਿਸਰਚ ਇੰਸਟੀਚਿਊਟ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ, ਅਕਸਰ ਹੀ ਸਾਡੇ ਕੋਲ ਸਵਾਲ ਪੁੱਛਿਆ ਜਾਂਦਾ ਕਿ ਸਿੱਖ ਰਿਸਰਚ ਇੰਸਟੀਚਿਊਟ ਕਿਹਨਾਂ ਦੀ ਰਿਸਰਚ ਕਰਦੇ ਜੀ, ਕੀ ਰਿਸਰਚ ਕਰਦੇ ਆ ਔਰ ਉਹਨਾਂ ਦਾ ਮੈਥਡੋਲੋਜੀ ਕੀ ਹੈ ਜੀ, ਕਿਹਦੇ ਬਾਰੇ ਦੱਸੋ ਥੋੜ੍ਹਾ। ਜ਼ਰੂਰ ਜੀ, ਬਿਲਕੁਲ ਠੀਕ ਸਵਾਲ ਹੈਗਾ ਇਹ। ਅਸੈਂਸ਼ਲੀ ਨਾ ਅਸੀਂ ਕੀ ਕਰਦੇ ਹਾਂ ਕਿ ਜਿਹੜਾ ਰਿਸਰਚ ਵਰਡ ਇੱਥੇ ਯੂਜ਼ ਕਰ ਰਹੇ ਹਾਂ ਇਹ ਅਪਲਾਈਡ ਰਿਸਰਚ ਬਾਰੇ ਆ। ਇਹ ਤੋਂ ਭਾਵ ਇਹ ਹੈਗਾ ਕਿ ਕਮਿਊਨਿਟੀ ਵਿੱਚ ਇਹਦੀਆਂ ਐਪਲੀਕੇਸ਼ਨਸ ਕੀ ਹੋਣੀਆਂ ਚਾਹੀਦੀਆਂ। ਸੋ ਇੱਥੇ ਸਾਡੇ ਰਿਸਰਚ ਦੇ ਜਿਹੜੀਆਂ ਮੇਨ ਚੀਜ਼ਾਂ ਹੁੰਦੀਆਂ ਨੇ ਕਿ ਜੇ ਅਸੀਂ ਸਿੱਖਾਂ ਦੇ ਬਾਰੇ ਇੰਟਰਨਲ ਕਮਿਊਨਿਟੀ ਡਿਵੈਲਪਮੈਂਟ ਦੀ ਗੱਲ ਕਰਨੀ ਆ, ਗੁਰੂ ਗ੍ਰੰਥ ਸਾਹਿਬ ਵਿੱਚ ਹਾਇਰ ਲੈਵਲ 'ਤੇ ਕਿਹੜੇ ਆਈਡੀਆਜ਼ ਨੇ, ਗੁਰੂਆਂ ਦੀ ਆਪਣੀ ਲਾਈਫ ਵਿੱਚ 1469 ਤੋਂ ਲੈ ਕੇ 1708 ਤੱਕ ਉਹਨਾਂ ਨੇ ਕਿਹੜੇ ਕਿਹੜੇ ਮੁੱਦਿਆਂ ਨਾਲ ਕਿਵੇਂ ਡੀਲ ਕੀਤਾ, ਉਹ ਦੋਨਾਂ ਗੱਲਾਂ ਨੂੰ ਅੱਜ ਦੇ 2012 ਵਿੱਚ ਗੱਲ ਹੋ ਰਹੀ ਹੈ ਕਿਵੇਂ ਰੈਲੇਵੈਂਟ ਕੀਤਾ ਜਾਵੇ। ਸੋ ਸਾਡੇ ਐਪਲੀਕੇਸ਼ਨ ਰਿਸਰਚ 'ਤੇ ਜ਼ਿਆਦਾ ਜ਼ੋਰ ਆ, ਜਿਹਦੇ ਵਿੱਚ ਜਿਹੜੀਆਂ ਮੁੱਢਲੀਆਂ ਚੀਜ਼ਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰੂਆਂ ਦੀ ਰਵਾਇਤਾਂ ਦੇ ਵਿੱਚੋਂ, ਭਾਵੇਂ ਅਸੀਂ ਫੈਮਿਲੀ ਦੀ ਕੋਈ ਗੱਲ ਕਰਨੀ ਆ, ਕੋਈ ਸਰਕਾਰ ਦੇ ਨਾਲ ਡੀਲ ਕਰਨ ਦੀ ਗੱਲ ਕਰਨੀ ਆ, ਐਜੂਕੇਸ਼ਨ ਪੋਲਿਸੀਜ਼ ਦੀ ਗੱਲ ਕਰਨੀ ਆ, ਹਰ ਚੀਜ਼ ਦਾ ਆਂਸਰ ਅਸੀਂ ਇਹ ਤਿੰਨ ਚੀਜ਼ਾਂ ਤੋਂ ਰੈਲੇਵੈਂਟ ਕਰਕੇ ਬਣਾਉਣ ਦੀ ਕੋਸ਼ਿਸ਼ ਕਰੀ ਦੀ ਆ। ਠੀਕ ਹੈ ਜੀ, ਜਦੋਂ ਤੁਸੀਂ ਤੁਹਾਡਾ ਰਿਸਰਚ ਦਾ ਜਿਹੜੀ ਮੈਥਡੋਲੋਜੀ ਯੂਜ਼ ਕਰਦੇ ਜੀ, ਇੱਥੇ ਬੈਠ ਕੇ ਕਰਦੇ ਹੋ, ਕਿਉਂਕਿ ਜਿਹੜਾ ਸਿੱਖਾਂ ਦਾ ਧੁਰਾ ਜੀ ਉਹ ਪੰਜਾਬ ਦੇ ਵਿੱਚ ਕਿਵੇਂ ਹੁੰਦਾ, ਤੁਸੀਂ ਪੰਜਾਬੀਆਂ ਨੂੰ ਵਿੱਚ ਲੈਂਦੇ ਹੋ, ਤੁਹਾਡੀ ਮੈਥਡੋਲੋਜੀ ਦਾ ਕੀ ਮੈਥਡ ਕੀ? ਬੇਸਿਕਲੀ ਅੱਜ ਕੱਲ੍ਹ ਨਾ ਵੀ ਆਰ ਵਰਚੁਅਲ ਆਰਗਨਾਈਜੇਸ਼ਨ ਜਿਹਨੂੰ ਕਿਹਾ ਜਾਂਦਾ, ਉਹਦਾ ਮਤਲਬ ਇਹ ਹੈ ਕਿ ਸਾਡੇ ਜਿਹੜੇ ਇੰਪਲੋਈਜ਼ ਨੇ, ਕਈ ਤਾਂ ਰਿਸਰਚਰਸ ਨੇ, ਜਿਵੇਂ ਸਾਡਾ ਇੱਕ ਰਿਸਰਚਰ ਚੰਡੀਗੜ੍ਹ ਵਿੱਚ ਹੈਗਾ, ਉੱਥੇ ਇੰਪਲੋਈ ਕਰ ਰਹੇ ਹਾਂ, ਕਈ ਸਾਡੇ ਇੰਪਲੋਈਜ਼ ਵੈਂਕੂਵਰ ਵਿੱਚ ਵੀ ਨੇ, ਕਈ ਅਮੈਰੀਕਾ ਵਿੱਚ ਤਿੰਨ ਡਿਫਰੈਂਟ ਸਿਟੀਜ਼ ਨੇ, ਕੋਈ ਟੈਕਸਸ ਆ, ਮੈਂ ਹੁਣ ਨਿਊ ਜਰਸੀ ਹਾਂ, ਪਹਿਲਾਂ ਟੈਕਸਸ ਹੁੰਦਾ ਸੀਗਾ, ਸਾਡੇ ਸਾਰਿਆਂ ਦੇ ਵੱਖਰੇ ਵੱਖਰੇ ਦਾਇਰੇ ਨੇ। ਕੋਈ ਹਾਰਡ ਕੋਰ ਰਿਸਰਚ ਕਰ ਰਿਹਾ ਫੋਰ ਪ੍ਰਾਇਮਰੀ ਅਤੇ ਸੈਕੰਡਰੀ ਸੋਰਸਿਸ ਦੀ, ਕੋਈ ਐਜੂਕੇਸ਼ਨ ਦੇ ਉੱਤੇ ਕਰ ਰਿਹਾ, ਕੋਈ ਪ੍ਰਾਇਮਰੀ ਸਕੂਲ ਟੀਚਰ ਹੈਗਾ ਉਹਦੀ ਕਰ ਰਿਹਾ, ਕੋਈ ਸੋਸ਼ਲ ਮੀਡੀਆ 'ਤੇ। ਸੋ ਬੇਸਿਕ ਆਈਡੀਆ ਹੈ ਕਿ ਜਿਹੜੇ ਮੁੱਦੇ ਦੀ ਲੋੜ ਹੈਗੀ ਉਹਨਾਂ ਚੀਜ਼ਾਂ ਨਾਲ ਜਿਹੜੇ ਬੰਦੇ ਜੂਝ ਰਹੇ ਨੇ ਉਹ ਲੱਭ ਕੇ ਜੋ ਆਂਸਰਸ ਲੱਭ ਕੇ ਆਉਣ ਦੀ ਕੋਸ਼ਿਸ਼ ਕਰੀ ਦੀ ਆ। ਤੁਸੀਂ ਰਿਸਰਚ ਜਦੋਂ ਕਰਦੇ ਹੋ ਜੀ, ਕੁਦਰਤੀ ਆ ਕਿ ਸੈਂਪਲਿੰਗ ਵੀ ਚਾਹੀਦੀ ਹੋਏਗੀ, ਹਾਂਜੀ, ਤੁਸੀਂ ਉਹਦੇ ਵਾਸਤੇ, ਕਿਉਂਕਿ ਸਿੱਖ ਰਿਸਰਚ ਇੰਸਟੀਚਿਊਟ ਦੇ ਨਾਮ ਤੋਂ ਇਹ ਲੱਗਦਾ ਕਿ ਸਿੱਖਾਂ ਦੇ ਬਾਰੇ ਤੁਸੀਂ ਰਿਸਰਚ ਕਰਦੇ ਹੋ, ਸਿੱਖਾਂ ਨੂੰ ਲੈਂਦੇ ਹੋ ਜੀ, ਹਾਂਜੀ, ਕਿਹੜੇ ਸਿੱਖਾਂ ਦੀ ਗੱਲ ਕਰਦੇ ਹੋ ਜੀ? ਸਹਿਜਤਾ ਦੀ ਸਿੱਖ ਦੀ ਗੱਲ ਕਰਦੇ ਹੋ, ਅੰਮ੍ਰਿਤਧਾਰੀ ਦੀ ਗੱਲ ਕਰਦੇ ਹੋ, ਕਿਹਨਾਂ ਦੀ ਗੱਲ ਕਰਦੇ ਜੀ? ਇਹ ਐਕਚੁਅਲੀ ਬੜਾ ਅਹਿਮ ਸਵਾਲ ਆ ਅਤੇ ਇਹਦੇ ਬਾਰੇ ਕਈ ਥਾਵਾਂ 'ਤੇ ਮੁੱਦੇ ਵੀ ਉੱਠਦੇ ਨੇ ਕਿ ਸਿੱਖ ਕੌਣ ਆ, ਇਹਦੇ ਬਾਰੇ ਵੀ ਇਹ ਗੱਲ ਆ ਜਾਂਦੀ ਆ। ਅਸੀਂ ਇੱਥੇ ਬੜੇ ਕਲੀਅਰਲੀ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ ਅਤੇ ਹੁਣ ਵੀ ਚੰਗਾ ਸਵਾਲ ਜਿਹੜਾ ਉੱਠ ਗਿਆ ਹੈਗਾ ਕਿ ਦੁਨੀਆ ਵਿੱਚ ਇਸ ਵੇਲੇ 26 ਮਿਲੀਅਨ ਸਿੱਖ ਮੰਨਿਆ ਜਾਂਦਾ। ਅਸੀਂ ਜਦ ਗੱਲ ਕਰ ਰਹੇ ਹਾਂ ਡਿਵੈਲਪਮੈਂਟ ਕਮਿਊਨਿਟੀ ਨੂੰ ਡਿਵੈਲਪ ਕਰਨ ਦੀ ਗੱਲ ਕਰ ਰਹੇ ਹਾਂ, ਉਹਦੇ ਸਾਰੇ ਇਨਕਲੂਡਿਡ ਨੇ। ਬੰਦੇ ਆਪਣੇ ਰਾਹ ਵਿੱਚ ਕਿੱਥੇ ਖੜਾ ਹੈਗਾ, ਉਹਦੇ ਅਤੇ ਗੁਰੂ ਦੇ ਵਿੱਚ ਕਿੰਨਾ ਫਾਸਲਾ, ਉਹਦੇ ਅਤੇ ਉਹਦੇ ਗੁਰੂ ਦੇ ਵਿਚਾਲੇ ਆ। ਸਾਡਾ ਕੰਮ ਹੈ, ਜਿਵੇਂ ਸਕੂਲ ਹੁੰਦੇ ਆ ਨਾ, ਵੀ ਆਰ ਐਨ ਐਜੂਕੇਸ਼ਨ ਔਰਗਨਾਈਜੇਸ਼ਨ, ਅਸੀਂ ਰਿਲੀਜੀਅਸ ਸੰਸਥਾ ਜਾਂ ਮਿਸ਼ਨਰੀ ਸੰਸਥਾ ਨਹੀਂ ਹੈਗੇ, ਅਸੀਂ ਐਜੂਕੇਸ਼ਨਲ ਸੰਸਥਾ ਨੇ। ਸਾਡਾ ਪਰਪਸ ਇਹ ਆ ਕਿ ਜੇ ਭਾਵੇਂ ਕਿੰਡਰਗਾਰਡਨ 'ਚ ਬੱਚਾ, ਭਾਵੇਂ ਹਾਈ ਸਕੂਲ ਦਾ ਕੋਈ ਹੈਗਾ, ਭਾਵੇਂ ਕੋਈ ਟੀਚਰ ਆ, ਭਾਵੇਂ ਕੋਈ CEO ਆ, ਜਿਹੜੇ ਵੀ ਲੈਵਲ 'ਤੇ ਆਪਣੇ ਆਪ ਨੂੰ ਆਈਡੈਂਟੀਫਾਈ ਕਰਦਾ ਕਿ ਮੈਂ ਸਿੱਖ ਹਾਂ, ਉਹਦੇ ਜਿਹੜੇ ਇਸ਼ੂਜ਼ ਨੇ ਉਹਦੇ ਸਾਹਮਣੇ ਆ ਰਹੇ ਨੇ, ਭਾਵੇਂ ਕੋਈ ਬੁਲਿੰਗ ਦਾ ਸਕੂਲ ਵਿੱਚ ਆ ਗਿਆ, ਭਾਵੇਂ ਕੋਈ ਕਾਲਜ ਦੇ ਵਿੱਚ ਆ ਗਿਆ, ਜਾਂ ਜਿਵੇਂ ਅੱਜ ਇਲੈਕਸ਼ਨ ਈਅਰ ਚੱਲ ਰਿਹਾ ਹੈਗਾ, ਹੁਣ ਇਹ ਵੀਕ ਅਮੈਰੀਕਾ ਚੱਲ ਰਿਹਾ, ਸਿੱਖ ਕਿਹਨੂੰ ਵੋਟ ਪਾਉਣ, ਇਹਨਾਂ ਚੀਜ਼ਾਂ ਬਾਰੇ ਸਿੱਖ ਐਂਗਲ ਤੋਂ ਕਿਵੇਂ ਪਰਸਪੈਕਟਿਵ ਡਿਵੈਲਪ ਕੀਤਾ ਜਾਵੇ, ਦ੍ਰਿਸ਼ਟੀਕੋਣ ਕਿਵੇਂ ਦਿੱਤੇ ਜਾਣ, ਇਹਨਾਂ ਚੀਜ਼ਾਂ 'ਤੇ ਅਸੀਂ ਰਿਸਰਚ ਕਰਕੇ ਪਬਲਿਕ ਦੇ ਸਾਹਮਣੇ ਲੈ ਕੇ ਜਾਈਦੀ ਹੈ। ਸਿੱਖ ਦੀ ਜਿਹੜੀ ਬਾਹਰੀ ਦਿੱਖ ਬਾਰੇ ਹੈ ਜੀ, ਜੇ ਉਹਦੇ ਬਾਰੇ ਗੱਲ ਕਰੀਏ ਤਾਂ ਬੜਾ ਲੰਮਾ ਚੌੜੀ ਗੱਲਬਾਤ ਹੋ ਜਾਣੀ ਹੈ ਜੀ, ਸਮਾਂ ਬੜਾ ਥੋੜ੍ਹਾ। ਬਾਹਰੀ ਦਿੱਖ ਬਾਰੇ ਵੀ ਕੋਈ ਰਿਸਰਚ ਦੇ ਵਿੱਚ ਤੁਸੀਂ ਗੱਲਬਾਤ ਅਜੇ ਤੱਕ ਕਰ ਚੁੱਕੇ ਹੋ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ? ਇਹਦੇ ਬਾਰੇ ਅਸੀਂ ਵਰਕਸ਼ਾਪਸ ਲਾਈਆਂ ਨੇ ਜੀ, ਪੂਰੇ ਵਰਲਡ ਵਾਈਡ ਲਾਈਆਂ ਨੇ, ਮੋਸਟਲੀ US ਅਤੇ ਕੈਨੇਡਾ ਵਿੱਚ ਵੀ। ਗੱਲ ਇਸ ਤਰ੍ਹਾਂ ਹੈਗੀ ਕਿ ਸਿੱਖਾਂ ਦਾ ਨਾ ਕਾਫੀ ਜ਼ਿਆਦਾ ਜ਼ੋਰ ਇਸੇ ਲੜਾਈ ਵੱਲ ਜਾ ਰਿਹਾ ਕਿ ਕੋਈ ਕਹਿੰਦਾ ਮੈਂ ਬਾਹਰੋਂ ਦੇਖਣ ਨੂੰ ਵਧੀਆ ਸਿੱਖ ਹਾਂ, ਕੋਈ ਕਹਿੰਦਾ ਮੈਂ ਅੰਦਰੋਂ ਸਿੱਖ ਹੈਗਾ। ਜਿੰਨੀ ਗੱਲ ਸਾਨੂੰ ਸਮਝ ਆਈ ਹੈ, ਸਾਡੇ ਆਈਡੀਅਲਸ ਗੁਰੂ ਸਾਹਿਬ ਨੇ ਡਿਫਾਈਨ ਕੀਤੇ ਸੀ। ਇਹ ਲੜਾਈ ਵਿੱਚ ਫਸ ਜਾਣਾ ਆਪਸ਼ਨ ਏ ਅਤੇ ਆਪਸ਼ਨ ਬੀ ਦੀ, ਇਟਸ ਨੈਵਰ ਬਿਨ ਦੇਅਰ। ਸਾਨੂੰ ਜ਼ਿਆਦਾ ਲੋੜ ਹੈ ਕਿ ਜਿਹੜਾ ਵੈਲਿਊ ਸਿਸਟਮ ਸਿੱਖਾਂ ਦਾ ਹੈਗਾ ਨਾ, ਉਹ ਲੋਕਾਂ ਨੂੰ ਦਿੱਤਾ ਜਾਵੇ, ਅਤੇ ਉਹ ਵੈਲਿਊ ਸਿਸਟਮ ਨੂੰ ਜਿਹਨੇ ਵੀ ਕਿਸੇ ਨੇ ਆਪਣੇ ਲੈਵਲ ਤੀਕਰ ਲੈ ਕੇ ਜਾਣਾ। ਦੇਖੋ, ਹਰ ਬੰਦੇ ਨੇ ਹਰ ਚੀਜ਼ ਨਹੀਂ ਕਰਨੀ ਹੁੰਦੀ, ਬੜੇ ਆਪਸ਼ਨ ਵੈਲਿਊਜ਼ ਦੀ ਦੇਣੀ ਬਹੁਤ ਜ਼ਰੂਰੀ ਹੈ। ਹੁਣ ਸਾਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਕਿ ਸਿੱਖ, ਦੇਖੋ ਇੰਨੇ ਅੰਮ੍ਰਿਤਧਾਰੀ ਸਿੱਖ, ਮੈਂ ਜੇ ਤੁਹਾਡੀ ਗੱਲ ਦਾ ਅਰਲੀਅਰ ਗੱਲ ਕਰ ਲਵਾਂ, ਕਿੰਨੇ ਅੰਮ੍ਰਿਤਧਾਰੀ ਸਿੱਖ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਵੈਲਿਡੀ ਵੀ ਨਜ਼ਰ ਨਹੀਂ ਆ ਰਹੀ। ਸੋ ਇਕੱਲੀ ਆਈਡੈਂਟੀ ਹੋਣੀ, ਇਹ ਬਹਿਰੂਪੀ ਆਉਣਾ ਵੀ ਹੋ ਜਾਂਦਾ ਹੈਗਾ, ਆਈਡੈਂਟੀ ਨਹੀਂ ਹੋਣੀ, ਇਹਦੇ ਬਾਰੇ ਵੀ ਕਈ ਇਸ਼ੂਜ਼ ਖੜੇ ਹੋਏ ਨੇ। ਸਾਡੀ ਸੰਸਥਾ ਦਾ ਜ਼ੋਰ ਇਹ ਲੱਗਿਆ ਹੋਇਆ ਕਿ ਆਪਾਂ ਇਹਨਾਂ ਇਸ਼ੂਆਂ ਵਿੱਚ ਨਾ ਫਸੀਏ, ਜਿਹੜੀ ਇੱਕ ਦਖੀਆਂ ਨੂੰ ਅਸੀਂ ਬਹਿਸ ਆ। ਦੇਖੀਏ ਕਿ ਦੁਨੀਆ ਦੇ ਵਿੱਚ ਜਿਹੜੇ ਇਸ਼ੂਜ਼ ਚੱਲ ਰਹੇ ਨੇ, ਸਿੱਖਾਂ ਦੇ ਵਿੱਚ ਜਿਹੜੇ ਇਸ਼ੂਜ਼ ਚੱਲ ਰਹੇ ਨੇ, ਉਹਨੂੰ ਇੱਕ ਚੰਗੇ ਤਰੀਕੇ ਨਾਲ ਕਿਵੇਂ ਅੰਡਰਸਟੈਂਡ ਕੀਤਾ ਜਾਵੇ, ਫਿਰ ਬੰਦੇ ਨੇ ਕਰਨਾ ਕੀ ਹੈ, ਉਹਦੀ ਪਰਸਨਲ ਚੋਇਸ ਆ। ਠੀਕ ਹੈ ਜੀ, ਤੁਹਾਡੇ
ਬੜਾ ਫੇਅਰ ਕੁਐਸਚਨ ਹੈ ਜੀ, ਆਮ ਤੌਰ 'ਤੇ ਪੁੱਛਿਆ ਵੀ ਜਾਂਦਾ ਹੈਗਾ। ਬੇਸਿਕਲੀ ਅਸੀਂ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਦਾ ਚੈਰਿਟੀ ਹੈਗੇ ਆ, ਕੈਨੇਡਾ ਵਿੱਚ ਵੀ, US ਵਿੱਚ ਵੀ, UK ਵਿੱਚ ਵੀ ਰਜਿਸਟਰ ਹੋਣ ਲੱਗੇ ਆ। ਬੇਸਿਕਲੀ ਸਾਡੀ ਸਾਰੀਆਂ ਫੰਡਿੰਗਸ ਜਿਹੜੀਆਂ ਨੇ, 2/3 ਆਫ ਦਾ ਫੰਡਿੰਗ ਸਾਡੀ ਡੋਨੇਸ਼ਨ ਦੇ ਰਾਹੀਂ ਆਉਂਦੀ ਆ, ਮਾਈਕੀ ਹੈਲਪ ਜਿਹੜੀ ਲੋਕਾਂ ਵੱਲੋਂ, ਜਿਹੜੇ ਕਈ ਚੀਜ਼ਾਂ ਸਾਡੀ 1/3 ਜਿਹੜੀ ਨੇ, ਅਸੀਂ ਕਈ ਪ੍ਰੋਡਕਟਸ ਬਣਾਏ ਨੇ, ਸਾਡੇ ਕਰਿਕੁਲਮਸ ਹੈਗੇ ਨੇ, ਕਈ ਸਾਡੀਆਂ ਵਰਕਸ਼ਾਪਸ ਫ੍ਰੀ ਹੁੰਦੀਆਂ ਮੋਸਟਲੀ, ਕਈ ਨਹੀਂ ਵੀ ਫ੍ਰੀ ਹੁੰਦੀਆਂ, ਫਿਰ ਉਹਨਾਂ ਦੇ ਵਿੱਚੋਂ ਜਿਹੜਾ ਰੈਵਨਿਊ ਜਨਰੇਟ ਹੁੰਦਾ ਉਹਦੇ ਰਾਹੀਂ ਸਾਡੇ 7 ਇੰਪਲੋਈ ਨੇ ਇਸ ਵੇਲੇ ਜਿਹੜੇ ਫੁੱਲ ਟਾਈਮ ਅਤੇ ਪਾਰਟ ਟਾਈਮ ਨੇ, ਫਿਰ ਜਿਵੇਂ ਲੋੜ ਪੈਂਦੀ ਹੈ ਅਸੀਂ ਕੰਟਰੈਕਟ 'ਤੇ ਵੀ ਇੰਪਲੋਈਜ਼ ਹੁੰਦੇ ਰੱਖ ਲਈ ਦੇ ਨੇ। ਤੁਸੀਂ ਫੰਡ ਰੇਜ ਕਰਾ ਰਹੇ ਹੋ ਜੀ ਸਰੀ ਦੇ ਵਿੱਚ ਐਤਵਾਰ ਵਾਲੇ ਦਿਨ, ਹਾਂਜੀ, ਕੀ ਉਹਦੇ ਬਾਰੇ ਦੱਸੋ ਜੀ ਥੋੜ੍ਹਾ। ਜ਼ਰੂਰ, ਅਸੀਂ ਕੈਨੇਡਾ ਵਿੱਚ ਦੂਸਰੀ ਵਾਰੀ ਕਰ ਰਹੇ ਹਾਂ, ਪਹਿਲਾਂ 2 ਸਾਲ ਪਹਿਲਾਂ ਰਜਿਸਟਰ ਕੀਤਾ ਸੀ, ਉਸ ਵੇਲੇ ਕੀਤਾ ਸੀ ਕਿ ਜਿਹੜੇ ਕੈਨੇਡਾ ਦੇ ਸਪੈਸੀਫਿਕ ਪ੍ਰੋਗਰਾਮਸ ਨੇ ਅਸੀਂ ਉਹਦੇ ਵੱਲ ਹੋਰ ਤਵੱਜੋ ਕਿਵੇਂ ਦੇਣੀ ਸ਼ੁਰੂ ਕਰੀਏ। ਲੋਕਲੀ ਅਸੀਂ ਇੱਕ ਸੋਜੀ ਸਕੂਲ ਖੋਲ੍ਹਣਾ ਵੀ ਸ਼ੁਰੂ ਕੀਤਾ ਹੈਗਾ, ਅਸੀਂ ਫਿਜ਼ੀਕਲ ਬਿਲਡਿੰਗ ਵੱਲ ਨਹੀਂ ਜਾ ਰਹੇ ਹਾਂ, ਜ਼ਿਆਦਾ ਪੜ੍ਹਾਇਆ ਕੀ ਜਾਵੇ ਇਹਦੇ ਵੱਲ ਜਾ ਰਹੇ ਹਾਂ। ਸੋ ਆਈਡੀਆ ਹੈਗਾ ਕਿ ਉਸ ਵੇਲੇ ਫੰਡ ਰੇਜ਼ਿੰਗ ਜਿਹੜੀ ਕੀਤੀ ਜਾ ਰਹੀ ਹੈ, ਉੱਥੇ ਅਸੀਂ ਥੀਮ ਵੀ ਉੱਦਣ ਦਾ ਹੀ ਰੱਖਿਆ ਕਿ ਦਿਵਾਲੀ ਦਾ ਵੀ ਟਾਈਮ ਇਵੇਂ ਨੇੜੇ ਆ ਰਿਹਾ ਕਿ ਕਿਹੜਾ ਦੀਵਾ ਬਾਲੀਏ। ਗੱਲ ਇਹ ਚੱਲ ਰਹੀ ਹੈ ਨਾ ਕਿ ਦੀਵੇ ਬਾਲਣ ਦੀ ਲੋੜ, ਆਪਾਂ ਹਰ ਰਵਾਇਤੀ ਲੈਵਲ 'ਤੇ ਤਾਂ ਬਾਲ ਲੈਂਦੇ ਹਾਂ, ਅਤੇ ਉੱਦਣ ਇਹਦੇ ਬਾਰੇ ਵੀ ਥੋੜ੍ਹੀ ਚਰਚਾ ਹੋਊਗੀ। ਅਤੇ ਜਿਹੜੇ ਲੋਕ ਦਰਸ਼ਕ ਦੇਖ ਰਹੇ ਨੇ, ਜਿਹੜੇ ਲੋਕਲ ਲੋਅਰ ਮੇਨਲੈਂਡ BC ਦੇ ਗੁਰਦੁਆਰਿਆਂ, ਸਿਵਿਕ ਅਤੇ ਰਿਲੀਜੀਅਸ ਅਤੇ ਹੋਰ ਵੀ ਕਿਸੇ ਲੈਵਲ ਦੀ ਔਰਗਨਾਈਜੇਸ਼ਨ ਜਿਹੜੀਆਂ ਨੇ ਸਪੋਰਟ ਕਰ ਰਹੀਆਂ ਨੇ, ਹੁਣ ਵੀ ਅਸੀਂ ਚਾਹਵਾਂਗੇ ਆ ਕੇ ਇਸ ਗੱਲ ਨੂੰ ਜ਼ਰੂਰ ਸਪੋਰਟ ਕਰਨ, ਤਾਂ ਕਿ ਅਸੀਂ ਹਰ ਬੱਚੇ ਨੂੰ, ਹਰ ਅਡਲਟ ਨੂੰ ਜਿਹੜਾ ਆਪਣੇ ਆਪ ਨੂੰ ਸਿੱਖ ਖਾਉਂਦਾ, ਉਹਨੂੰ ਇਨਫ ਇਨਫੋਰਮੇਸ਼ਨ ਦੇ ਸਕੀਏ ਤਾਂ ਕਿ ਉਹ ਆਪਣੇ ਲਈ ਆਪਣੇ ਡਿਸੀਜਨ ਆਪ ਲੈ ਸਕੇ ਕਿ ਮੈਂ ਕੀ ਬਣਨਾ ਅਤੇ ਮੈਂ ਕੀ ਹਾਂ। ਇੱਕ ਸੋਮਵਾਰ ਨੂੰ ਤੁਸੀਂ ਇੱਕ ਪੇਰੈਂਟਿੰਗ ਵਰਕਸ਼ਾਪ ਵੀ ਲਗਾ ਰਹੇ ਹੋ ਜੀ, ਹਾਂਜੀ, ਇਹ ਕਿਉਂ ਲਗਾ ਰਹੇ ਹੋ, ਉਹਦੀ ਕੀ ਲੋੜ ਹੈ ਜੀ, ਸੰਖੇਪ 'ਚ ਦੱਸੋ ਜੀ ਜਰਾ। ਜ਼ਰੂਰ, ਪੇਰੈਂਟਿੰਗ ਦੀ ਹਰ ਥਾਂ 'ਤੇ ਪੂਰੀ ਦੁਨੀਆ ਵਿੱਚ ਲੋੜ ਚੱਲ ਰਹੀ ਹੈ ਇਸ ਵੇਲੇ। ਸਾਡੀਆਂ ਸਿੱਖਾਂ ਦੀਆਂ ਕੋਈ ਆਪਣੀਆਂ ਸਮੱਸਿਆਵਾਂ ਵੀ ਨੇ, ਬੱਚਿਆਂ ਦੇ ਕਈ ਵਾਰ ਸਾਡੇ ਇਮੀਗ੍ਰੈਂਟ ਕਮਿਊਨਿਟੀਜ਼ ਕਰਕੇ ਪੂਰੀ ਤਵੱਜੋ ਨਹੀਂ ਦਿੱਤੀ ਜਾਂਦੀ, ਕਈ ਬੁਲਿੰਗ ਦੇ ਇਸ਼ੂਜ਼ ਉੱਠ ਰਹੇ ਨੇ, ਕੁਛ ਆਈਡੈਂਟੀ ਇਸ਼ੂਜ਼ ਵੀ ਉੱਠ ਰਹੇ ਨੇ। ਅਸੀਂ ਸਿੱਖ ਐਂਗਲ ਤੋਂ ਅਗੇਨ ਉੱਥੇ ਪ੍ਰੈਜੈਂਟ ਕਰਾਂ ਕਿ ਗੁਰਬਾਣੀ ਪੇਰੈਂਟਿੰਗ ਬਾਰੇ ਕੀ ਕਹਿੰਦੀ ਹੈ। ਅੱਜ ਦੀ ਸਾਈਕੋਲੋਜੀ ਤਾਂ ਸਾਨੂੰ ਪਤਾ ਲੱਗ ਰਿਹਾ, ਸਕੂਲ ਦਾ ਕਾਉਂਸਲਰ ਵੀ ਦੱਸ ਰਿਹਾ, ਅਤੇ ਗੁਰੂ ਸਾਹਿਬ ਨੇ ਜਦ ਉਹਨਾਂ ਦੇ ਘਰਾਂ ਵਿੱਚ ਜਿਸ ਤਰ੍ਹਾਂ ਦੇ ਮਾਹੌਲ ਸੀਗਾ, ਉਹਨਾਂ ਨੇ ਕਿਵੇਂ ਪੇਰੈਂਟਿੰਗ ਕੀਤੀ। ਸੋ ਇੱਕ ਸਿੱਖ ਦ੍ਰਿਸ਼ਟੀਕੋਣ ਤੋਂ, ਇੱਕ ਸਿੱਖ ਨਜ਼ਰੀਏ ਤੋਂ ਪੇਰੈਂਟਿੰਗ ਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਵਧੀਆ ਜੀ, ਮੇਰੇ ਖਿਆਲ ਕੋਈ ਹੋਰ ਮੁੱਦੇ ਵੀ ਹੈਗੇ ਨੇ, ਪਰ ਅਗਲੀ ਵਾਰੀ ਆਪਾਂ ਡਿਸਕਸ ਕਰਾਂਗੇ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ।